ਕੱਲ ਯਾਨੀ 1 ਫਰਵਰੀ ਕੀ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨਵ ਬਜਟ ਜਿਹੜਾ ਉਹ ਕੱਢਣ ਜਾ ਕਰਦੇ ਨੇ ਜਿਹਦੇ ਚਲਦੇ ਆਮ ਲੋਕਾਂ ਕੀ ਵਪਾਰੀਆਂ ਕੀ ਸਾਰੀਆਂ ਕੀ ਬੜੀ ਉਮੀਦਾਂ ਜੜੀਆਂ ਨੂੰ ਐਨ ਨਮਸਕਾਰ ਹਾਂ ਪੂਜਾ ਸ਼ਰਮਾ ਤੇ ਤੁਸਤੇ ਖਾ ਕਰਦੇ ਹੋ ਜੇ ਕੇ ਅਪਡੇਟ ਜੁਲਾ ਹਰ ਸਾਲ ਨਵਾਂ ਬਜਟ ਜਿਹੜਾ ਨਿਕਲਦਾ ਹੈ ਜਿਹੜੇ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਕੱਢਾ ਕਰਦੇ ਨੇ ਤੇ ਸਾਰੇ ਲੋਕਾਂ ਦੀ ਬੜੀ ਉਮੀਦਾਂ ਆਈਆਂ ਰਹੁੰਦੀਆਂ ਕਿ ਉਹਨੂੰ ਇਹ ਫੈਸਲਾ ਜਿਹੜਾ ਕਿ ਪਤਾ ਸਾਡੇ ਅਕ ਵਿੱਚ ਉਹ ਹੈ ਕਿ ਇਹ ਪਤਾ ਉਹਨਾਂ ਸ਼ੈਲ ਖੁਸ਼ਖਬਰੀ ਜੜੀ ਹੈ ਉਹ ਨਿਕਲ ਗਿਆ ਸਾਹਮਣੇ ਆਏ ਤੇ ਇਆਂ ਕਿ ਇਸ ਵਾਰ ਵੀ ਜੁਲਾ ਉਹਨ ਕੱਲ ਬਜਟ ਨਿਕਲਣਾ ਤੇ ਉਹਦੇ ਅਸਤੇ ਬੜੇ ਸਾਰੇ ਆਮ ਲੋਕ ਵਪਾਰੀ ਸਾਰੇ ਦੀ ਬੜੀ ਉਮੀਦਾਂ ਕਿ ਕੀ ਕਹਾ ਪਤਾ ਉਹਨੇ ਫੈਸਲਾ ਸਾਡੇ ਅਕ ਵਿੱਚ ਉਹ ਹੈ ਜਿਹਦੇ ਚਲਦੇ ਬੜੇ ਸਾਰੇ ਲੋਕਾਂ ਕਿ ਜਿਹੜੀ ਸਾਰੇ ਗੁਲਾ ਮਤੀ ਜਿਹੜੀ ਪਰੇਸ਼ਾਨੀਆਂ ਵਾ ਕਰਦੀ ਹੈ ਉਹ ਇਆ ਚੀਜ਼ ਕੀ ਟੈਕਸ ਕੀ ਲਈ ਹੈ ਕਿ ਜਿਹੜਾ ਹਾਈ ਟੈਕਸਿਸ ਲੈਬ ਹੈ ਉਸੇ ਕੱਟ ਕਰੀਏ ਜਿਹੜਾ ਉਹ 20% ਕਰਿਉਣ ਤਾਂ ਕਿ ਆਮ ਲੋਕਿਆਂ ਪਰ ਟੈਕਸ ਦਾ ਬੋਝ ਜਿਹੜਾ ਉਹ ਥੋੜਾ ਰ ਘਟਿਆਏ ਕੰਨੇ ਕੰਨੇ ਦੂਈ ਚੀਜ਼ ਲੋਗੇ ਜੇ ਗਲਾ ਕਰਦੇ ਨੇ ਕਿ ਜਿਸ ਐਸਾ ਬੇਚ ਬੜੀ ਜ਼ਿਆਦਾ ਮੰਗਾਈ ਜਿਹੜੀ ਉਹ ਬਧੀ ਗਈ ਦੀ ਹੈ ਆਮ ਲੋਕਿਆਂ ਆਸਤੇ ਗਰੀਬ ਲੋਕਿਆਂ ਆਸਤੇ ਬੜੀ ਜ਼ਿਆਦਾ ਮੁਸ਼ਕਲ ਜਿਹੜੀ ਉਹ ਪੁਆ ਕਰਦੀ ਹੈ ਤੇ ਉਹਦੇ ਆਸਤੇ ਵੀ ਜਿਹੜਾ ਕੱਲ ਬਜਟ ਨਿਕਲਣਾ ਉਹਦੇ ਆਸਤੇ ਵੀ ਕੁਝ ਅਕ ਵਿੱਚ ਫੈਸਲਾ ਜਿਹੜਾ ਉਹ ਸੁਣਾਇਆ ਜਾਏ ਤੇ ਕਨੇ ਕਨੇ ਲੋਕ ਇਹ ਵੀ ਚੀਜ਼ ਗਲਾ ਕਰਦੇ ਨੇ ਕਿਉਂ ਜਿਹੜਾ ਬਜਟ ਨਿਕਲਣ ਵਾਲਾ ਉਹ ਗਰੀਬੇ ਦੇ ਅਕ ਵਿੱਚ ਉਹ ਹੈ ਤੇ ਕਨੇ ਕਨੇ ਵਪਾਰੀ ਵਰਗ ਜਿਹੜੇ ਉਹ ਵੀ ਉਮੀਦ ਕਰਾ ਕਰਦੇ ਨੇ ਕਿ ਜੀਐਸਟੀ ਜੀਐਸਟੀ ਤਾਂ ਜੀਆਂ ਲੋਕ ਪਰੇਸ਼ਾਨ ਹੈ ਵਪਾਰੀ ਵਰਗ ਤੇ ਉਹਦੇ ਆਸਤੇ ਵੀ ਹੁੰਦੇ ਅਕ 'ਚ ਇੱਕ ਫੈਸਲਾ ਜਿਹੜਾ ਨਿਕਲੀ ਆ ਸਾਹਮਣੇ ਆਏ ਤੇ ਕਨੇ ਕਨੇ ਬੜੇ ਸਾਰੇ ਲੋਕ ਇਹ ਚੀਜ਼ ਗਲਾ ਕਰਦੇ ਨੇ ਕਿ ਜੀਆਂ ਜੀਆਂ ਮੈਡੀਕਲ ਆਸਥਾ ਹੈ ਵੀ ਇੱਕ ਸ਼ਹਿਲ ਬਜਟ ਜਿਹੜਾ ਨਿਕਲੀ ਆ ਸਾਹਮਣੇ ਆਏ ਤਾਂ ਕਿ ਜਿਹੜੇ ਹਸਪਤਾਲਾਂ ਵਿੱਚ ਇਲਾਜ ਹੋਆ ਕਰਦਾ ਉਹ ਸ਼ੈਲ ਤਰੀਕੇ ਦਾ ਨਹੀਂ ਇਲਾਜ ਹੋਇਆ ਉਹਦੇ ਬਾਅਦ ਬੜੇ سارے ਲੋਕ ਇਹ ਚੀਜ਼ ਵਿੱਚ ਗਲਾ ਕਰਦੇ ਨੇ ਕਿ ਜਿਸ ਸਾਬੇ ਦੇ ਬਾਹਰ ਲੋਕ ਨੌਕਰੀਆਂ ਕਰਨ ਜਾਂਦੇ ਨੇ ਤੇ ਲੋਕ ਗਲਾਉਂਦੇ ਨੇ ਕਿ ਸਾਰੇ ਜੰਮੂ ਤੋਂ ਉਠਿਆ ਇੰਨਾ ਪੜ੍ਹੀ ਲਿਖੀ ਆ ਸਾਨੂੰ ਬਾਹਰ ਜਾਣਾ ਪਵਾਦਾ ਤੇ ਇਹਦੇ ਆਸਤੇ ਵੀ ਜਿਹੜਾ 90 ਬਜਟ ਦੇ ਵਿੱਚ ਸੋਚਦਾ ਜਾਏ ਕਿ ਸਾਡੇ ਜੰਮੂ ਕਸ਼ਮੀਰ ਚ ਵੀ ਜਿਹੜੇ ਲੋਕ ਬੇਰੋਜ਼ਗਾਰ ਫਿਰਾ ਕਰਦੇ ਨੇ ਤੇ ਉਹਨੇ ਕੀ ਸਾਡੇ ਆਪਣੇ ਜੰਮੂ ਕਸ਼ਮੀਰ ਚ ਲੋਕਲੀ ਨੌਕਰੀਆਂ ਜਿਹੜੀਆਂ ਲੱਭਣ ਤੇ ਲੋਕ ਜਿਹੜੇ ਨੇ ਉਹ ਆਗਿਆ ਬਦਨ ਤੇ ਕੋਈ ਵੀ ਬੇਰੋਜ਼ਗਾਰ ਜਿਹੜਾ ਉਹ ਨੇਰੂ ਐ ਇਸੇ ਸਾਬਿਤ ਬੜੇ ਸਾਰੇ ਲੋਕਾਂ ਕੀ ਬਾਸਮਤੀਆਂ ਜਿਹੜੀਆਂ ਨੇ ਉਮੀਦਾਂ ਜਿਹੜੀਆਂ ਬਣੀ ਦੀਆਂ ਇਸ ਨਵੇਂ ਬਜਟ ਥਮਾ ਤੇ ਉਹ ਦਿਖਣਾ ਹੈ ਕਿ ਸਾਡੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਉਹ ਕੱਲ ਜਿਹੜਾ ਨਵਾਂ ਬਜਟ ਨਿਕਲਣਾ ਹੈ ਉਹਦੇ ਆਸਤੇ ਹੈ